ਅਸੀਂ ਆਪਣੀ ਟੀਮ ਨਾਲ ਪਹੁੰਚ ਚੁੱਕੇ ਹਾਂ ਸਰੀ ਤੋਂ ਲੈ ਕੇ ਇਸ ਵੇਲੇ ਟਵਾਸਨ ਦੇ ਫੈਰੀ ਟਰਮੀਨਲ ਦੇ ਉੱਤੇ ਅਸੀਂ ਨਨਾਇਮੋ ਦੇ ਡਿਊਕ ਪੁਆਇੰਟ ਤੋਂ ਫੈਰੀ ਟਰਮੀਨਲ ਤੋਂ ਹੋ ਕੇ ਡੰਕਨ ਦੇ ਵਿੱਚੋਂ ਦੀ ਹੁੰਦੇ ਹੋਏ ਹਾਈਵੇ 18 ਲੈ ਕੇ ਪਾਲਦੀ ਪਿੰਡ ਦੇ ਇਸ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਪਹੁੰਚ ਗਏ ਹਾਂ। ਲੋਕਾਂ ਦੇ ਸਾਹਮਣੇ ਦਾਨ ਕਰਾਂ ਤਾਂ ਮੇਰੀ ਬੰਦੇ ਬੰਦੇ ਜੀ ਅਤੇ ਜਾਂਦੇ ਵਕਤ ਕੁਝ ਦੇ ਕੇ ਜਾਓ। ਅੱਛਾ ਜੀ, ਪ੍ਰੋਫੈਸਰ ਸਾਹਿਬ ਕਹਿੰਦਾ 7ਵੇਂ 8ਵੇਂ ਦਿਨ ਲੱਖ ਰੁਪਏ ਦਾ ਚੈੱਕ ਚੱਲ ਗਿਆ। ਅੱਜ ਤੋਂ 70 ਸਾਲ ਪਹਿਲੇ ਲੱਖ ਰੁਪਈਆ ਜੀ ਛੁੱਟੀਆਂ ਰਾਖੀ ਹੋਈਆਂ ਸੀਗੀਆਂ ਕੌਮਾਂ ਦੀ। ਪਾਲਦੀ ਗੁਰਦੁਆਰੇ ਦੇ ਇਸ ਧਰਤੀ 'ਤੇ ਖੜ੍ਹੇ ਹੋ ਕੇ ਮੈਂ ਜੋ ਸਾਹਮਣੇ ਉਹ ਜਗ੍ਹਾ ਵੇਖ ਰਿਹਾ ਹਾਂ, ਉਹ ਜਗ੍ਹਾ 'ਤੇ ਦੱਸਦੇ ਨੇ ਕਿ ਮਿਆ ਸਿੰਘ ਹੁਣਾਂ ਦੀ ਉਹ ਇਤਿਹਾਸਿਕ ਮਿੱਲ ਹੋਇਆ ਕਰਦੀ ਸੀ। ਗੁਰਦੁਆਰੇ ਦੀ ਕੰਡੀਸ਼ਨ ਬਿਲਡਿੰਗ ਇਮਾਰਤ ਵਾਈਜ਼ ਬਹੁਤ ਵਧੀਆ ਨਹੀਂ ਹੈ। ਅਸੀਂ ਆ ਕੇ ਆਪਣਾ ਜੋ ਵੀ ਤਿਲ ਫੁੱਲ ਦੇ ਨਾਲ ਜਾਂ ਕੋਈ ਸਮਾਨ ਲਿਆ ਕੇ ਇਹਨੂੰ ਰੈਨੋਵੇਟ ਕਰਕੇ ਹੋਰ ਮਜ਼ਬੂਤ ਕਰ ਸਕੀਏ ਅਤੇ ਉਹ ਜ਼ਰੂਰ ਕਰੀਏ ਤਾਂ ਕਿ ਆਪਣਾ ਇਹ ਵਿਰਸਾ ਵੀ ਬਚਾਇਆ ਜਾ ਸਕੇ। ਯਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਓਕੇ ਜੀ, ਥੈਂਕ ਯੂ, ਤੁਹਾਡਾ ਵੀ ਧੰਨਵਾਦ। ਅਸੀਂ ਹੁਣ ਪਹੁੰਚ ਗਏ ਹਾਂ ਜੀ ਮਿਆ ਸਿੰਘ ਹੋਣਾ ਦੀ ਡਾਟਰ ਇਨ ਲਾਅ ਜੋਨ ਮਿਓ ਹੁਣ ਦੇ ਘਰ। ਅਸੀਂ ਪਹੁੰਚ ਚੁੱਕੇ ਹਾਂ ਜੀ ਮਿਆ ਸਿੰਘ ਹੋਰਾਂ ਦੇ ਨੂੰਹ ਦੇ ਕੋਲ, ਜਿਨ੍ਹਾਂ ਦਾ ਨਾਮ ਹੈ ਜੋਨ। ਐਂਡ ਜੋਨ, ਵੈਰੀ ਗੁੱਡ ਈਵਨਿੰਗ। It's our pleasure and we feel blessed that we are here with you right now. Come back to Paldi anytime you like. ਮੇਵਾ ਸਿੰਘ ਮੇਰੇ ਲਈ ਇੱਕ ਸਾਡੀ ਕਮਿਊਨਿਟੀ ਦੇ ਬੜੇ ਹੀਰੋ ਨੇ। ਬਿਲੀਵ ਇਨ ਯੂਰਸੈਲਫ। ਜਿਹੜੀ ਕੰਟਰੀ ਹੈ ਇਹ ਬਣੀ ਹੋਈ ਹੈ ਜਿਹੜੇ ਮਿਹਨਤੀ ਬੰਦੇ ਆ। ਮੇਰਾ ਖਿਆਲ ਨਹੀਂ ਵੀ ਅਸੀਂ ਉਹਨਾਂ ਤੱਕ ਹੀ ਪਹੁੰਚਦੇ ਜੇ ਉਸ ਟਾਈਮ 'ਤੇ ਹੁੰਦੇ। ਦੇਖੋ ਮੇਵਾ ਸਿੰਘ ਉਹਨਾਂ ਬਾਰੇ ਆਪਾਂ ਸਾਰਿਆਂ ਨੇ ਪੜ੍ਹਿਆ ਹੈਗਾ ਰਾਈਟ, ਅਤੇ ਸੱਚ ਏ ਗ੍ਰੇਟ ਪਰਸਨ, ਕਿੰਨੇ ਵਧੀਆ ਸੀਗੇ। ਜਿੱਦਾਂ ਇੱਥੇ ਵੀ ਉਹਨਾਂ ਕੀਤਾ, ਆਪਣੀ ਕਮਿਊਨਿਟੀ ਲਈ ਬਹੁਤ ਉਹਨਾਂ ਨੇ ਕੀਤਾ। ਅਤੇ ਅਸੀਂ ਸਲੂਟ ਕਰਦੇ ਹਾਂ ਉਸ ਪਰਸਨੈਲਿਟੀ ਨੂੰ ਕਿ ਇਟਸ ਅ ਬਿਗ ਮੋਟੀਵੇਸ਼ਨ ਫੋਰ ਨਿਊ ਕਮਰਸ। ਕਹਿੰਦੇ ਇੱਕ ਟਾਈਮ 'ਤੇ ਆਲਮੋਸਟ ਅੱਧਾ ਜਿਹੜਾ ਵੈਨਕੂਵਰ ਆਇਲੈਂਡ ਆ ਉਹਦਾ ਟਾਈਟਲ ਉਹਨਾਂ ਦੇ ਨਾਂ ਸੀ, ਮਤਲਬ ਇੰਨਾ ਜ਼ਿਆਦਾ ਉਹਨਾਂ ਦਾ ਮਤਲਬ ਕੋਈ ਬਿਜ਼ਨਸ ਜਿਹੜਾ ਉਹ ਸਟੈਬਲਿਸ਼ ਹੋ ਚੁੱਕਾ।